ਬਿਲਕੁਲ ਸਭ ਤੋਂ ਪਹਿਲਾਂ ਤਾਂ ਕਿਸ਼ਨ ਆਸੀ ਅੰਮ੍ਰਿਤਸਰ ਈਸਟ ਦੀ ਸੀਟ ਬਾਰੇ ਥੋੜੀ ਜਾਣਕਾਰੀ ਦੇ ਦਿੰਨੇ ਆ ਕਿਉਂਕਿ ਭਾਜਪਾ ਤੇ ਅਕਾਲੀ ਦਲ ਅਲਾਈਅੰਸ ਦੇ ਵਿੱਚ ਰਹੇ ਨੇ ਤੇ ਇਹ ਸੀਟ ਜਿਹੜੀ ਹੈ ਜ਼ਿਆਦਾਤਰ ਭਾਜਪਾ ਕੋਲ ਹੀ ਰਹੀ ਹੈ ਤੇ ਨਵਜੋਤ ਸਿੰਘ ਸਿੱਧੂ ਇਸ ਸੀਟ ਤੋਂ ਖੜੇ ਹੁੰਦੇ ਰਹੇ ਨੇ 2017 ਦੇ ਵਿੱਚ ਕਿਉਂਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਇਸ ਲਈ ਭਾਜਪਾ ਵੱਲੋਂ ਰਾਜੇਸ਼ ਕੁਮਾਰ ਖਨੀ ਨੂੰ ਜਿਹੜਾ ਹੈ ਉਤਾਰਿਆ ਗਿਆ ਸੀਗਾ ਤੇ ਨਵਜੋਤ ਸਿੰਘ ਸਿੱਧੂ ਖੁਦ ਕਾਂਗਰਸ ਤੋਂ ਉਤਰੇ ਸੀਗੇ ਹਾਲਾਂਕਿ ਇਸ ਵਾਰ ਕਿਉਂਕਿ ਅਕਾਲੀ ਤੇ ਜੀਪੀ ਹੁਣ ਉਹਨਾਂ ਦੇ ਦੋਵਾਂ ਦੇ ਰਾਹ ਅਲੱਗ ਹੋ ਗਏ ਨੇ ਅਲਾਈਅንስ ਟੁੱਟ ਗਿਆ ਹੈ ਇਸ ਲਈ ਅਕਾਲੀ ਦਲ ਇਸ ਵਾਰ ਆਪਣਾ ਕੈਂਡੀਡੇਟ ਜਿਹੜਾ ਪਹਿਲੀ ਵਾਰ ਖੜਾ ਕਰਨ ਜਾ ਰਿਹਾ ਸੀਗਾ ਤੇ ਇਹਦੇ ਵਿੱਚ ਨਾ ਕਹਿ ਸਕਦੇ ਆ ਕਿ ਫਾਈਨਲ ਨਹੀਂ ਹੋ ਰਿਹਾ ਇਸੇ ਕਿਉਂਕਿ ਹਲ ਤੱਕ ਨਵਜੋਤ ਸਿੰਘ ਸਿੱਧੂ ਦਾ ਕਲੀਅਰ ਨਹੀਂ ਸੀਗਾ ਕਿ ਪਟਿਆਲਾ ਤੋਂ ਲੜਨਗੇ ਜਾਂ ਅੰਮ੍ਰਿਤਸਰ ਈਸਤ ਤੋਂ ਲੜਨਗੇ ਲੜਨਗੇ ਜਦੋਂ ਜੀ ਪੰਜਾਬ ਹਰਿਆਣਾ ਹਿਮਾਚਲ ਨੂੰ ਇੰਟਰਵਿਊ ਦਿੱਤਾ ਸੀ ਨਵਜੋਤ ਸਿੰਘ ਸਿੱਧੂ ਨੇ ਉਦੋਂ ਅਸੀਂ ਉਹਨਾਂ ਤੋਂ ਪੁੱਛਿਆ ਸੀਗਾ ਕਿ ਕੈਪਟਨ ਅਮਨਿੰਦਰ ਸਿੰਘ ਤੁਹਾਨੂੰ ਚੈਲੰਜ ਕਰ ਰਹੇ ਨੇ ਕਿ ਤੁਸੀਂ ਪਟਿਆਲਾ ਤੋਂ ਲੜੋ ਤਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਮੈਂ ਆਪਣੀ ਸੀਟ ਛੱਡ ਕੇ ਕਿਉਂ ਕਿਤੇ ਜਾਵਾਂ ਮੈਂ ਅੰਮ੍ਰਿਤਸਰ ਈਸਤ ਤੋਂ ਹੀ ਲੜੂੰਗਾ ਤੇ ਬਿਕਰਮ ਮਜੀਠੀਆ ਨੂੰ ਹੁਣ ਅਕਾਲੀ ਦਲ ਨੇ ਉਹਨਾਂ ਦੇ ਖਿਲਾਫ ਉਤਾਰਿਆ ਤੁਸੀਂ ਵਿਕਰਮ ਮਜੀਠੀਆ ਨੂੰ ਦੇਖੋ ਕਿਸ ਕਿਹੜੇ ਨਾਮਾਂ ਦੇ ਨਾਲ ਐਡਰੈਸ ਕੀਤਾ ਹੈ ਸੁਖਬੀਰ ਬਾਦਲ ਨੇ ਜੰਗ ਦੇ ਜਰਨਲ ਕਿਹਾ ਉਹਨਾਂ ਨੇ ਇਹ ਕਿਹਾ ਮਾਜ ਦੇ ਸ਼ੇਰ ਯਾਨੀ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਆਪਣੋ ਆਪਣਾ ਸਭ ਤੋਂ ਸਟਰੋਂਗ ਕੈਂਡੀਡੇਟ ਜਿਹੜਾ ਹੈ ਅਸੀਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਉਤਾਰ ਰਹੇ ਹਾਂ ਪਰ ਇਸ ਦੇ ਨਾਲ ਹੀ ਇੱਕ ਸਵਾਲ ਹੋਰ ਜਿਹੜਾ ਖੜਾ ਹੁੰਦਾ ਹੈ ਸੁਖਬੀਰ ਸਿੰਘ ਬਾਦਲ ਤੋਂ ਉਹ ਸਵਾਲ ਸ਼ਾਇਦ ਪ੍ਰੈਸ ਕਾਨਫਰੰਸ ਦੇ ਵਿੱਚ ਕਿਸੇ ਨੇ ਨਹੀਂ ਪੁੱਛਿਆ ਕਿ ਇਹ ਕਿਹਾ ਗਿਆ ਸੀਗਾ ਕਿ ਇੱਕ ਹੀ ਪਰਿਵਾਰ ਦੇ ਵਿੱਚ ਦੋ ਕਿੱਕੇਟ ਜਿਹੜੀਆਂ ਨੇ ਉਹ ਕਿਸੇ ਨੂੰ ਨਹੀਂ ਦਿੱਤੀਆਂ ਜਾਣਗੀਆਂ ਪਰ ਅੱਜ ਤੁਸੀਂ ਦੇਖੋ ਕਿ ਦੋ ਸੀਟਾਂ ਤੇ ਜਿਹੜੇ ਹੈ ਨਾਂ ਐਲਾਨੇ ਗਏ ਨੇ ਉਮੀਦਵਾਰਾਂ ਦੇ ਇੱਕ ਲੰਬੀ ਤੋਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਚੌਂ ਮੈਦਾਨ ਵਿੱਚ ਉਤਰਨਗੇ ਤੇ ਦੂਜੀ ਸੀਟ ਜਿਹੜੀ ਗੱਲ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਈਸਟ ਦੀ ਯਾਨੀ ਕਿ ਵਿਕਰਮ ਮਜੀਠੀਆ ਵੀ ਉਹਨ ਇੱਕ ਨਹੀਂ ਮਜੀਠਾ ਤਾਂ ਉਹ ਪਹਿਲਾਂ ਹੀ ਕੰਟੈਸਟ ਕਰਨ ਵਾਲੇ ਨੇ ਪਰ ਹੁਣ ਅੰਮ੍ਰਿਤਸਰ ਇਸ ਤੋਂ ਵਿਕਰਨਗੇ ਯਾਨੀ ਕਿ ਦੋ ਟਿਕਟ ਜੜੀਆਂ ਉਹਨਾਂ ਨੂੰ ਦੇ ਦਿੱਤੀਆਂ ਗਿਆ ਨੇ ਯਾਨੀ ਕਿ ਇੱਕ ਪਰਿਵਾਰ ਤੋਂ ਹੀ ਫੇਰ ਤੋਂ ਚਾਰ ਟਿਕਟ ਜੜੀਆਂ ਨੇ ਉਹ ਦਿੱਤੀਆਂ ਗਿਆ ਨੇ ਤੇ ਇਹੀ ਗੱਲ ਜਿਹੜੇ ਹੈ ਕਈ ਜਿਹੜੇ ਸੀਨੀਅਰ ਲੀਡਰ ਨੇ ਪਹਿਲਾਂ ਵੀ ਬੋਲਦੇ ਆਏ ਨੇ ਚਾਹੇ ਉਹ ਮਲੂਕਾ ਹੋਣ ਜਾਂ ਫਿਰ ਹੋਰ ਕਈ ਸੀਨੀਅਰ ਲੀਡਰ ਕਹਿੰਦੇ ਆਏ ਨੇ ਕਿ ਦੋ टिकट ਦਿੱਤੀਆਂ ਜਾ ਸਕਦੀਆਂ ਇੱਕ ਪਰਿਵਾਰ ਨੂੰ ਲੇਕਿਨ ਉਸ ਦੇ ਖਿਲਾਫ ਬੋਲਦੇ ਹੋਏ ਨਜ਼ਰ ਆਏ ਸੀਗੇ ਸੁਬੀਰ ਸਿੰਘ ਬਾਦਲ ਕਿ ਅਸੀਂ ਇਸ ਵਾਰ ਇਹ ਵਾਲੀ ਰਣਨੀਤੀ ਜਿਹੜੀ ਹੈ ਨਹੀਂ ਅਪਣਾਵਾਂਗੇ ਯਾਨੀ ਕਿ ਇੱਕੀ ਪਰਿਵਾਰ ਤੋਂ ਦੋ ਦੋ ਜਾਣੇ ਟਿਕਟ ਜਿਹੜੀ ਹੈ ਉਹ ਨਹੀਂ ਦਿੱਤੀ ਜਾਏਗੀ ਪਰ ਹਾਂ ਜਦੋਂ ਅਸੀਂ ਇਸ ਪਰਿਵਾਰ ਦੀ ਗੱਲ ਕਰਦੇ ਹਾਂ ਬਾਦਲ ਪਰਿਵਾਰ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਦੇਖੋਗੇ 21 ਪਰਿਵਾਰ ਤੋਂ ਹੁਣ ਚਾਰ ਟਿਕਟ ਜਿਹੜੀਆਂ ਨੇ ਉਹ ਦੇ ਦਿੱਤੀਆਂ ਗਈਆਂ ਨੇ ਪਰ ਇਹ ਜ਼ਰੂਰ ਹੈ ਕਿ ਅੰਮ੍ਰਿਤਸਰ ਈਸਟ ਦੀ ਜਿਹੜੀ ਸੀਟ ਹੈ ਉਹ ਜ਼ਰੂਰ ਹੁਣ ਹੌਟ ਸੀਟ ਬਣ ਗਈ ਹੈ ਤੇ ਨਾਲ ਹੀ ਪਹਿਲਾਂ ਵੀ ਪੁੱਛਿਆ ਸੀਗਾ ਕਿਉਂਕਿ ਇਹ ਆਸਾਰ ਜਿਹੜੇ ਆ ਲੱਗ ਰਹੇ ਸੀਗੇ ਕਿ ਵਿਕਰਮ ਮਜੀਠੀਆ ਜਿਹੜੇ ਨੇ ਉਹ ਕੰਟੈਸਟ ਕਰ ਸਕਦੇ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਤਾਂ ਨਵਜੋਤ ਸਿੰਘ ਸਿੱਧੂ ਨੇ ਇਹ ਕਿਹਾ ਸੀਗਾ ਕਿ ਕੋਈ ਵੀ ਮੇਰੇ ਸਾਹਮਣੇ ਖੜਾ ਹੋ ਜਾਏ ਮੈਨੂੰ ਇਸ ਬਾਰੇ ਕੋਈ ਡਰ ਨਹੀਂ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਕਿੰਨਾ ਸਟਰੋਂਗ ਆ ਇਹ ਕਹਿੰਦੇ ਹੋਏ ਨਜ਼ਰ ਆਏ ਸੀਗੇ ਨਵਜੋਤ ਸਿੰਘ ਸਿੱਧੂ ਪਰ ਹੁਣ ਦੇਖਣਾ ਹੋਵੇਗਾ ਕਿ ਕੀ ਸਿਆਸੀ ਟੱਕਰ ਜਿਹੜੀ ਆ ਉਹ ਮਜੀਠੀਆ ਦੇ ਪਾਉਂਦੇ ਨੇ ਜਾਂ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਕਿਉਂਕਿ ਕੁਦਨ ਨਵਜੋਤ ਸਿੰਘ ਸਿੱਧੂ ਇਸ ਸੀਟ ਤੋਂ ਕਈ ਵਾਰ ਜਿੱਤ ਹਾਸਲ ਕਰ ਚੁੱਕੇ ਨੇ ਪਰ ਜ਼ਰੂਰ ਅਕਾਲੀ ਦਲ ਲਈ ਇਹ ਸੀਟ ਜਿਤਨੀ ਇੱਕ ਬਹੁਤ ਵੱਡੀ ਚੁਣੌਤੀ ਜਿਹੜੀ ਹੈ ਉਹ ਰਹਿਣ ਵਾਲਾ ਹੈ ਬਿਲਕੁਲ ਸ਼ਰੋਮ ਨੇ ਅਕਾਲੀ ਦਲ ਲਈ ਇੱਕ ਵੱਡੀ ਚੁਣੌਤੀ ਰਹੇਗੀ ਕਿਉਂਕਿ ਵਿਕਰਮ ਮਜੀਠੀਆ ਅਮਰitsar ਪੂਰਬੀ ਤੋਂ ਇਲੈਕਸ਼ਨ ਲੜ ਰਹੇ ਨੇ ਪਰ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਸਿਆਸੀ ਟੱਕਰ ਦੇ ਵਿੱਚ ਜਿੱਤੇਗਾ ਕੌਣ ਹਾਰ ਨਸੀਬ ਕਿਸ ਨੂੰ ਹੋਏਗੀ ਨਵਜੋਤ ਸਿੰਘ ਸਿੱਧੂ ਲਈ ਵੀ ਵੱਡੀ ਚੁਣੌਤੀ ਹੈ ਸਿੰਧੂ ਲਈ ਵੱਡੀ ਚੁਣੌਤੀ ਹੋ ਸਕਦੀ ਹੈ ਕਿਉਂਕਿ ਵੱਡੇ ਦਿਗ ਚਿਹਰੇ ਸ਼੍ਰੋਮਣੀ ਅਕਾਲੀ ਦਲ ਦੇ ਮਾਝ ਦੇ ਜਰਨੈਲ ਬਣ ਜੰਦੇ ਬਿਕਰਮ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਵੀ ਚੋਣ ਲੜ ਰਹੇ ਹਨ